ਦੀ ਉਹ ਤਸਵੀਰਾਂ ਨੇ ਜਿੱਥੇ ਲਗਾਤਾਰ ਲੋਕਾਂ ਵੱਲੋਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਆਵਾਜਾਈ ਦੀ ਤੁਸੀਂ ਦੇਖ ਸਕਦੇ ਹੋ ਜਾਮ ਦੇਖ ਸਕਦੇ ਹੋ ਕਿੱਥੇ ਤੱਕ ਜਿਹੜੀਆਂ ਗੱਡੀਆਂ ਪਿੱਛੇ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਕਈ ਲੋਕ ਨੇ ਦੇਖੋ ਤਸਵੀਰਾਂ ਵਿੱਚ ਗੱਡੀਆਂ ਜਿਹੜੀਆਂ ਹੈਗੇ ਨੇ ਰੋਡ ਦੇ ਉੱਪਰ ਹੀ ਖੜੀਆਂ ਕਰਕੇ ਆਪ ਪਟਾਕੇ ਲੈਣ ਪਹੁੰਚ ਜਾਂਦੇ ਨੇ ਪਰ ਆ ਦੇਖੋ ਲੋਕ ਕਿੰਨੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਔਰ ਦੂਜੇ ਪਾਸੇ ਵੀ ਦਿਖਾਉਂਗਾ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਹੈਗਾ ਗੱਡੀਆਂ ਨੂੰ ਦੇਖੋ ਇਹ ਗੱਡੀਆਂ ਇਹ ਦੇਖੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਸਕੂਲ ਬੱਸ ਦੀ ਗੱਲ ਕਰ ਲਈਏ ਪਿੱਛੇ ਇੱਕ ਸਕੂਲ ਬੱਸ ਵੀ ਕਹਿੰਦੇ ਆ ਜਿਹੜੀ ਫਸੀ ਹੋਈ ਆ ਬੱਚੇ ਛੁੱਟੀ ਹੋਈ ਸੀ ਤਾਂ ਉਸ ਤੋਂ ਬਾਅਦ ਮੇਰੇ ਸਾਥੀ ਨੂੰ ਕਹੂੰਗਾ ਪਿੱਛੇ ਉਹ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਇਸ ਰੋਡ ਦੇ ਉੱਪਰ ਆਉਂਦੀ ਹੈਗੀ ਆ ਤਾਂ ਮੈਂ ਸਾਥੀ ਨੂੰ ਕਹੂੰਗਾ ਜ਼ਰੂਰ ਇੱਕ ਵਾਰ ਉਹ ਤਸਵੀਰ ਜ਼ਰੂਰ ਦਿਖਾਈ ਜਾਵੇ ਉਹ ਸਾਹਮਣੇ ਬਿਲਕੁਲ ਜਿਹੜੀ ਹੈਗੀ ਆ ਸਕੂਲ ਬੱਸ ਹੈਗੀ ਆ ਦੇਖੋ ਸਕੂਲ ਦੀ ਬੱਸ ਆ ਜਿੱਥੇ ਤਾਂ ਇਸ ਪਟਾਕਾ ਮਾਰਕੀਟ ਦੇ ਵਿੱਚ ਵੱਡੀ ਜਿਹੜੀ ਸਮੱਸਿਆ ਇਸੇ ਕਰਕੇ ਆਉਂਦੀ ਹੈ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਸੀ ਅਤੇ ਦੂਜੇ ਪਾਸੇ ਸਮਾਨ ਬਾਹਰ ਰੱਖਿਆ ਹੋਇਆ ਸੀ ਤਾਂ ਦਿੱਕਤ ਪਰੇਸ਼ਾਨੀ ਜ਼ਰੂਰ ਆ ਰਹੀ ਸੀਗੀ ਤਾਂ ਮੈਂ ਮੇਰੇ ਸਾਥੀ ਨੂੰ ਕਹੂੰਗਾ ਇਹ ਦੇਖੋ ਕਿੱਡੀ ਕਿੱਡੀਆਂ ਲੰਬੀਆਂ ਲਾਈਨਾਂ ਕਤਾਰਾਂ ਨੇ ਜਿਸ ਤੱਕ ਵੱਡਾ ਸਵਾਲ ਹੈ ਇਸ ਟਾਈਮ ਕਿਉਂਕਿ ਜਿਹੜਾ ਸਮਾਨ ਉਹ ਬਾਹਰ ਰੋਡ ਦੇ ਉੱਪਰ ਰੱਖਿਆ ਹੋਇਆ ਤਾਂ ਉਹਦੇ ਨਾਲ ਦਿੱਕਤ ਪਰੇਸ਼ਾਨੀ ਜ਼ਰੂਰ ਆ ਰਹੀ ਆ ਸਕੂਟਰ ਮੋਟਰਸਾਈਕਲ ਇਹਨਾਂ ਨੇ ਆਪਣੇ ਬਾਹਰ ਰੋਡ ਦੇ ਉੱਪਰ ਖੜਾ ਰੱਖੇ ਨੇ ਜਿਸ ਨਾਲ ਆਉਣ ਵਾਲੇ ਲੋਕਾਂ ਆਉਣ ਜਾਣ ਵਾਲੇ ਲੋਕਾਂ ਨੂੰ ਕਿੰਨੀ ਵੱਡੀ ਪਰੇਸ਼ਾਨੀ ਹੋ ਰਹੀ ਆ ਤਾਂ ਸਕੂਲ ਦੀ ਬੱਸ ਆ ਜਿਹੜੀ ਵਿੱਚ ਫਸੀ ਹੋਈ ਆ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਬੰਦਾ ਗੱਡੀ ਦੇ ਵਿੱਚ ਉਤਰਦਾ ਅਤੇ ਆਪਣਾ ਜਿਹੜਾ ਸਮਾਨ ਸਾਈਡ 'ਤੇ ਰੱਖ ਉਹ ਦੇਖੋ ਸਾਹਮਣੇ ਕਿਸ ਤਰ੍ਹਾਂ ਜਿਹੜਾ ਹੈਗਾ ਜਿਹੜਾ ਸਮਾਨ ਜਿਹੜਾ ਪਿਆ ਸੀ ਉਹ ਰੋਡ 'ਤੇ ਚੱਕ ਕੇ ਸਾਈਡ 'ਤੇ ਕਰਦਾ ਅਤੇ ਉਸ ਤੋਂ ਬਾਅਦ ਜਿਹੜੀ ਗੱਡੀ ਆਪਣੀ ਲੰਘਾ ਰਿਹਾ ਹੈਗਾ ਅਤੇ ਸਕੂਲ ਦੀ ਬੱਸ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਈ ਆ ਅਤੇ ਦੇਖੋ ਕਿਸ ਤਰ੍ਹਾਂ ਇਸ ਇੱਕ ਇੱਕ ਬੱਸ ਦੀ ਗੱਲ ਨਹੀਂ ਕਰ ਰਹੇ ਉਸ ਤੋਂ ਪਿੱਛੇ ਵੀ ਜਿਹੜੀ ਹੈਗੀ ਵੱਡੀ ਤਸਵੀਰਾਂ ਵੀ ਦਿਖਾਉਂਗੇ ਦੂਰ ਤੱਕ ਜਿਹੜੀ ਹੈਗੀ ਤਸਵੀਰ ਆ ਉਹ ਪਿੱਛੇ ਵੀ ਜਿਹੜੀ ਇੱਕ ਬੱਸ ਨਜ਼ਰ ਆ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਘਰਾਂ ਨੂੰ ਜਾ ਰਹੇ ਨੇ ਤਾਂ ਉਸ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸਿਰਫ ਇਸ ਮਾਰਕੀਟ ਕਰਕੇ ਵੱਡੀ ਸਮੱਸਿਆ ਜਿਹੜੀ ਆਉਂਦੀ ਹੈਗੀ ਆ ਦੇਖ ਸਕਦੇ ਹੋ ਤਸਵੀਰਾਂ ਤਾਂ ਜ਼ਰੂਰ ਇਸ ਤਸਵੀਰਾਂ ਦੇ ਵਿੱਚ ਕਲੀਅਰ ਆ ਰਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਪਰ ਕਿਵੇਂ ਕੰਮ ਕਰ ਰਿਹਾ ਹੈਗਾ ਤਾਂ ਲੋਕਾਂ ਨੇ ਇਹਨਾਂ ਨੂੰ ਵੀ ਥੋੜ੍ਹਾ ਸਮਝਣਾ ਚਾਹੀਦਾ ਕਿ ਸਕੂਟਰ ਮੋਟਰਸਾਈਕਲ ਜਿਹੜਾ ਸਮਾਨ ਆ ਜਿਹੜਾ ਉਹ ਅੰਦਰ ਰੱਖਣ ਤਾਂ ਇਹ ਪਰੇਸ਼ਾਨੀ ਜ਼ਰੂਰ ਹੈਗੀ ਆ ਆਮ ਲੋਕਾਂ ਨੂੰ ਆ ਰਹੀ ਹੈ ਲੋਕ ਪਹਿਲਾਂ ਹੀ ਕਹਿ ਰਹੇ ਨੇ ਹਲੇ ਤਕਰੀਬਨ ਅੱਜ 16 ਤਰੀਕ ਹੋਈ ਹੈ ਤਾਂ ਹੋਰ ਵੀ ਜਿਹੜੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਜਿਹੜੀ ਸਮੱਸਿਆ ਜਿਹੜੀ ਹੈਗੀ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਉਂਕਿ ਲਗਾਤਾਰ ਖਬਰਾਂ ਵੀ ਲੱਗਦੀਆਂ ਨੇ ਪਰ ਪ੍ਰਸ਼ਾਸਨ ਆ ਜਿਹੜਾ ਹੈਗਾ ਕਾਰਵਾਈ ਕਿਉਂ ਨਹੀਂ ਕਰ ਰਿਹਾ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਕਰਨਵੀਰ ਸਿੰਘ ਰੰਧਾਵਾ ਔਨ ਏਅਰ ਕੁਰਾਲੀ ਉਹ ਤਸਵੀਰਾਂ ਨੇ ਜਿੱਥੇ ਲਗਾਤਾਰ ਲੋਕਾਂ ਵੱਲੋਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਆਵਾਜਾਈ ਦੀ ਤੁਸੀਂ ਦੇਖ ਸਕਦੇ ਹੋ ਜਾਮ ਦੇਖ ਸਕਦੇ ਹੋ ਕਿੱਥੇ ਤੱਕ ਜਿਹੜੀਆਂ ਗੱਡੀਆਂ ਪਿੱਛੇ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਕਈ ਲੋਕ ਨੇ ਦੇਖੋ ਤਸਵੀਰਾਂ ਵਿੱਚ ਗੱਡੀਆਂ ਜਿਹੜੀਆਂ ਹੈਗੀਆਂ ਨੇ ਰੋਡ ਦੇ ਉੱਪਰ ਹੀ ਖੜੀਆਂ ਕਰਕੇ ਆਪ ਪਟਾਕੇ ਲੈਣ ਪਹੁੰਚ ਜਾਂਦੇ ਨੇ ਪਰ ਆ ਦੇਖੋ ਲੋਕ ਕਿੰਨੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਔਰ ਦੂਜੇ ਪਾਸੇ ਵੀ ਦਿਖਾਉਂਗਾ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਹੈਗਾ ਗੱਡੀਆਂ ਨੂੰ ਦੇਖੋ ਇਹ ਗੱਡੀਆਂ ਇਹ ਦੇਖੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਸਕੂਲ ਬੱਸ ਦੀ ਗੱਲ ਕਰ ਲਈਏ ਪਿੱਛੇ ਇੱਕ ਸਕੂਲ ਬੱਸ ਵੀ ਕਹਿੰਦੇ ਆ ਜਿਹੜੀ ਫਸੀ ਹੋਈ ਆ ਬੱਚੇ ਛੁੱਟੀ ਹੋਈ ਸੀ ਤਾਂ ਉਸ ਤੋਂ ਬਾਅਦ ਮੇਰੇ ਸਾਥੀ ਨੂੰ ਕਹੂੰਗਾ ਪਿੱਛੇ ਉਹ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਇਸ ਰੋਡ ਦੇ ਉੱਪਰ ਆਉਂਦੀ ਹੈਗੀ ਆ ਤਾਂ ਮੈਂ ਸਾਥੀ ਨੂੰ ਕਹੂੰਗਾ ਜ਼ਰੂਰ ਇੱਕ ਵਾਰ ਉਹ ਤਸਵੀਰ ਜ਼ਰੂਰ ਦਿਖਾਈ ਜਾਵੇ ਉਹ ਸਾਹਮਣੇ ਬਿਲਕੁਲ ਜਿਹੜੀ ਹੈਗੀ ਆ ਸਕੂਲ ਬੱਸ ਹੈਗੀ ਆ ਦੇਖੋ ਸਕੂਲ ਦੀ ਬੱਸ ਆ ਜਿੱਥੇ ਤਾਂ ਇਸ ਪਟਾਕਾ ਮਾਰਕੀਟ ਦੇ ਵਿੱਚ ਵੱਡੀ ਜਿਹੜੀ ਸਮੱਸਿਆ ਇਸੇ ਕਰਕੇ ਆਉਂਦੀ ਹੈ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਸੀ ਅਤੇ ਦੂਜੇ ਪਾਸੇ ਸਮਾਨ ਬਾਹਰ ਰੱਖਿਆ ਹੋਇਆ ਸੀ ਤਾਂ ਦਿੱਕਤ ਪਰੇਸ਼ਾਨੀ ਜ਼ਰੂਰ ਆ ਰਹੀ ਸੀਗੀ ਤਾਂ ਮੈਂ ਮੇਰੇ ਸਾਥੀ ਨੂੰ ਕਹੂੰਗਾ ਇਹ ਦੇਖੋ ਕਿੱਡੀ ਕਿੱਡੀਆਂ ਲੰਬੀਆਂ ਲਾਈਨਾਂ ਕਤਾਰਾਂ ਨੇ ਜਿਸ ਤੱਕ ਵੱਡਾ ਸਵਾਲ ਹੈ ਇਸ ਟਾਈਮ ਕਿਉਂਕਿ ਜਿਹੜਾ ਸਮਾਨ ਉਹ ਬਾਹਰ ਰੋਡ ਦੇ ਉੱਪਰ ਰੱਖਿਆ ਹੋਇਆ ਤਾਂ ਉਹਦੇ ਨਾਲ ਦਿੱਕਤ ਪਰੇਸ਼ਾਨੀ ਜ਼ਰੂਰ ਆ ਰਹੀ ਆ ਸਕੂਟਰ ਮੋਟਰਸਾਈਕਲ ਇਹਨਾਂ ਨੇ ਆਪਣੇ ਬਾਹਰ ਰੋਡ ਦੇ ਉੱਪਰ ਖੜਾ ਰੱਖੇ ਨੇ ਜਿਸ ਨਾਲ ਆਉਣ ਵਾਲੇ ਲੋਕਾਂ ਆਉਣ ਜਾਣ ਵਾਲੇ ਲੋਕਾਂ ਨੂੰ ਕਿੰਨੀ ਵੱਡੀ ਪਰੇਸ਼ਾਨੀ ਹੋ ਰਹੀ ਆ ਤਾਂ ਸਕੂਲ ਦੀ ਬੱਸ ਆ ਜਿਹੜੀ ਵਿੱਚ ਫਸੀ ਹੋਈ ਆ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਬੰਦਾ ਗੱਡੀ ਦੇ ਵਿੱਚ ਉਤਰਦਾ ਅਤੇ ਆਪਣਾ ਜਿਹੜਾ ਸਮਾਨ ਸਾਈਡ 'ਤੇ ਰੱਖ ਉਹ ਦੇਖੋ ਸਾਹਮਣੇ ਕਿਸ ਤਰ੍ਹਾਂ ਜਿਹੜਾ ਹੈਗਾ ਜਿਹੜਾ ਸਮਾਨ ਜਿਹੜਾ ਪਿਆ ਸੀ ਉਹ ਰੋਡ 'ਤੇ ਚੱਕ ਕੇ ਸਾਈਡ 'ਤੇ ਕਰਦਾ ਅਤੇ ਉਸ ਤੋਂ ਬਾਅਦ ਜਿਹੜੀ ਗੱਡੀ ਆਪਣੀ ਲੰਘਾ ਰਿਹਾ ਹੈਗਾ ਅਤੇ ਸਕੂਲ ਦੀ ਬੱਸ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਈ ਆ ਅਤੇ ਦੇਖੋ ਕਿਸ ਤਰ੍ਹਾਂ ਇਸ ਇੱਕ ਇੱਕ ਬੱਸ ਦੀ ਗੱਲ ਨਹੀਂ ਕਰ ਰਹੇ ਉਸ ਤੋਂ ਪਿੱਛੇ ਵੀ ਜਿਹੜੀ ਹੈਗੀ ਆ ਵੱਡੀ ਤਸਵੀਰਾਂ ਵੀ ਦਿਖਾਉਂਗੇ ਦੂਰ ਤੱਕ ਜਿਹੜੀ ਹੈਗੀ ਤਸਵੀਰਾਂ ਉਹ ਪਿੱਛੇ ਵੀ ਜਿਹੜੀ ਇੱਕ ਇੱਕ ਬੱਸ ਨਜ਼ਰ ਆ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਘਰਾਂ ਨੂੰ ਜਾ ਰਹੇ ਨੇ ਤਾਂ ਉਸ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸਿਰਫ ਇਸ ਮਾਰਕੀਟ ਕਰਕੇ ਵੱਡੀ ਸਮੱਸਿਆ ਜਿਹੜੀ ਆਉਂਦੀ ਹੈਗੀ ਆ ਦੇਖ ਸਕਦੇ ਹੋ ਤਸਵੀਰਾਂ ਤਾਂ ਜ਼ਰੂਰ ਇਸ ਤਸਵੀਰਾਂ ਦੇ ਵਿੱਚ ਕਲੀਅਰ ਆ ਰਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਪਰ ਕਿਵੇਂ ਕੰਮ ਕਰ ਰਿਹਾ ਹੈਗਾ ਤਾਂ ਲੋਕਾਂ ਨੇ ਇਹਨਾਂ ਨੂੰ ਵੀ ਥੋੜ੍ਹਾ ਸਮਝਣਾ ਚਾਹੀਦਾ ਕਿ ਸਕੂਟਰ ਮੋਟਰਸਾਈਕਲ ਜਿਹੜਾ ਸਮਾਨ ਆ ਜਿਹੜਾ ਉਹ ਅੰਦਰ ਰੱਖਣ ਤਾਂ ਇਹ ਪਰੇਸ਼ਾਨੀ ਜ਼ਰੂਰ ਹੈਗੀ ਆ ਆਮ ਲੋਕਾਂ ਨੂੰ ਆ ਰਹੀ ਹੈ ਲੋਕ ਪਹਿਲਾਂ ਹੀ ਕਹਿ ਰਹੇ ਨੇ ਹਲੇ ਤਕਰੀਬਨ ਅੱਜ 16 ਤਰੀਕ ਹੋਈ ਹੈ ਤਾਂ ਹੋਰ ਵੀ ਜਿਹੜੇ ਅੱਗੇ
क्योंकि लगातार खबर भी लगदियां ने पर प्रशासन है जिहड़ा कार्रवाई क्यों नहीं कर रहा। कैमरा पर्सन निशान सिंह के नाल करमवीर सिंह रंधावा ऑन एयर कुराली।